are watching Channel Y. Channel Y, a South Asian Canadian channel. And this is how we have to do it. We have to do it. We have to do it. MP ने अपने लगे जो करना पेंड पे जो करना तो गवर्नमेंट करानी है तो वोटा फिर ले लेने ने लेखा किन्नू हाँ आके लो मैं चैलेंज कर रहा तुझे मंत्री हो श्री सेखड़ी कुछ भी नहीं है जिला गुरदासपुर दे किसे भी पेंड दे किसे भी शहर दे हल्के दे तुझे मेरा जवाब मैं भी नहीं देता दो दो डब्बे रख लो देखो लोगी किन्नू बता देगा ये ਹੋਰ ਲਾਰਡ ਕ੍ਰਿਸ਼ਨ ਚੰਦ ਲਾਭਨ ਦੀ ਗੱਲ ਵੱਖਰੀ ਹੈ ਪਰ ਥੋੜਾ ਜਿਹਾ ਤੇਰਾ ਹੱਕ ਹੈ ਰੱਬ ਤੈਨੂੰ ਹੀ ਹੱਕ ਦੇਵੇ ਤੇ ਥੋੜਾ ਜਿਹਾ ਨਾਲ ਕਰੋ ਭਲੇਖੇ ਲਾ ਦਿਓ ਪਿਛਲੇ 30 ਸਾਲ ਤੋਂ ਕਈ ਲੋਕ ਥੱਕ ਗਏ ਨੇ ਕੋਸ਼ਿਸ਼ ਕਰ ਕਰਕੇ ਬਟਾਲੇ ਤੇ ਚੋਣ ਲੜੇਗਾ ਕਾਂਗਰਸ ਪਾਰਟੀ ਦਾ ਤੇ ਅਸ਼ਵਨੀ ਸੇਖੜੀ ਲੜੇਗਾ ਸ਼ਾਮ ਸ਼ਿਕਾਇਤ ਕਰੋ ਹਮ ਤੁਹਾਡੇ ਸਾਥ ਹੈ ਇਹ ਹਨ ਪੰਜਾਬ ਕਾਂਗਰਸ ਦੇ ਦੋ ਲੀਡਰ ਜੋ ਇੱਕ ਦੂਸਰੇ ਉੱਤੇ ਸ਼ਬਦੀ ਹਮਲੇ ਕਰਦੇ ਵਿਖਾਈ ਦੇ ਰਹੇ ਨੇ ਇੱਕ ਹੈ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਵਜ਼ੀਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਦੂਸਰੇ ਹਨ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਜਿਨ੍ਹਾਂ ਦੀ ਸ਼ਬਦੀ ਜੰਗ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ ਜਿਸ ਤੋਂ ਇੱਕ ਵਾਰ ਫਿਰ ਕਾਂਗਰਸ ਦੀ ਫੁੱਟ ਉਜਾਗਰ ਹੋ ਗਈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਜੀਟੀ ਰੋਡ ਉੱਤੇ ਕਾਂਗਰਸ ਦੀ ਹੋਈ ਕਾਨਫਰੰਸ ਵਿੱਚ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਮੌਜੂਦ ਸਨ ਜਿਨ੍ਹਾਂ ਨੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੀ ਮੌਜੂਦਗੀ ਨਾ ਹੋਣ ਉੱਤੇ ਤਿੱਖੀ ਬਿਆਨਬਾਜ਼ੀ ਕੀਤੀ ਜਿਹਦੇ ਚਲਦੇ ਕਾਂਗਰਸ ਭਵਨ ਵਿੱਚ ਅਸ਼ਵਨੀ ਸੇਖੜੀ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਸੇਖੜੀ ਨੇ ਕਿਹਾ ਕਿ ਉਹਨਾਂ ਕੋਲ 25 ਸਵਾਲ ਇਸ ਤਰ੍ਹਾਂ ਦੇ ਹਨ ਜਿਸ ਦਾ ਜਵਾਬ ਮੰਤਰੀ ਸਾਹਿਬ ਨਹੀਂ ਦੇ ਪਾਉਣਗੇ ਉਹਨਾਂ ਕਿਹਾ ਕਿ ਉਹ ਬਟਾਲਾ ਤੋਂ ਹੀ ਚੋਣ ਲੜਨਗੇ ਅਤੇ ਮੰਤਰੀ ਆਪਣੇ ਹਲਕੇ ਨੂੰ ਹੀ ਸੰਭਾਲਣ ਮੇਰਾ ਮੂੰਹ ਨਾ ਖੁਲਵਾਉਣ ਅੱਜ ਬਟਾਲੇ ਲਈ ਬਹੁਤ ਅਹਿਮ ਦਿਨ ਹੈ ਕਿਉਂਕਿ ਅੱਜ ਬਟਾਲੇ ਉੱਤੇ ਜਿਹੜਾ ਮੈਂ ਕਹਿੰਦਾ ਬਟਾਲੇ ਦੀ ਇਕਾਨਮੀ 'ਤੇ ਇੱਕ ਆਰਥਿਕ ਅੱਤਵਾਦ ਦਾ ਜਿਹੜਾ ਕਹਿ ਡਿੱਗਣ ਵਾਲਾ ਸੀ ਉਹਨੂੰ ਰੋਕਣ ਲਈ ਆਪਾਂ ਪ੍ਰਣ ਲਿੱਤਾ ਜਿਸ ਤਰ੍ਹਾਂ ਪਰਸੋਂ ਅਨਾਊਂਸ ਕੀਤਾ ਗਿਆ ਕਿ ਵੀ ਬਟਾਲੇ ਦਾ ਬੱਸ ਸਟੈਂਡ ਬਾਹਰ ਸ਼ਿਫਟ ਕਰ ਦਿੱਤਾ ਜਾਏਗਾ ਮੈਂ ਸਮਝਣਾ ਕਿ ਮੰਤਰੀ ਸਾਹਿਬ ਨੇ ਜਿਹੜੀ ਅਨਾਊਂਸਮੈਂਟ ਕੀਤੀ ਹੈ ਉਹ ਬਟਾਲੇ ਦੇ ਹੱਕ 'ਚ ਨਹੀਂ ਗੀ ਬਟਾਲੇ ਦੇ ਵਿਰੋਧ ਵਿੱਚ ਹੈ ਇਹ ਮੇਰਾ ਵਿਊ ਪੁਆਇੰਟ ਹੈ ਮੇਰਾ ਇਹ ਮਤ ਹੈ ਮੈਂ ਹੈਰਾਨ ਰਹਿ ਗਿਆ ਅਗਰ ਮੈਂ ਮੀਟਿੰਗ 'ਚ ਹੁੰਦਾ ਤਾਂ ਮੈਂ ਉੱਥੇ ਹੀ ਮਨਾ ਕਰ ਦੇਣਾ ਸੀਗਾ ਕਿ ਬੱਸ ਸਟੈਂਡ ਅਸੀਂ ਬਾਹਰ ਨਹੀਂ ਜਾਂਦੇ ਬਟਾਲੇ 'ਚ ਆ ਕੇ ਦਖਲ ਦੇਣਾ ਮੁਨਾਸਬ ਨਹੀਂ ਅਗਰ ਆਪ 'ਚ ਲੋਧੀ ਨਗਲਾ ਲੈ ਦੇ ਕਰਕੇ 18-19 ਵੋਟ 'ਤੇ ਜਿੱਤ ਗਏ ਆਪਾਂ ਅਤੇ ਸਰਕਾਰ ਨੇ ਮਿਨਿਸਟਰ ਵੀ ਬਣ ਗਏ ਅਤੇ ਕਾਂਗਰਸ ਦਾ ਬਟਾਲੇ ਕਾਂਗਰਸ ਦਾ ਲਹੂ ਪੀ ਕੇ ਬਣੇ ਜੇ ਬਟਾਲੇ ਦਾ ਕਾਂਗਰਸ ਦਾ ਕਤਲ ਕਰਕੇ ਮੇਰੀ ਸ਼ਹੀਦੀ ਦੇ ਕੇ ਅਤੇ ਫਿਰ ਤੁਸੀਂ ਬਣੇ ਜੇ ਇਹ ਪ੍ਰੋਜੈਕਟ ਗਲਤ ਪ੍ਰੋਜੈਕਟ ਹੈ ਕਾਂਗਰਸ ਪਾਰਟੀ ਇਸ ਲਈ ਪਾਵਰ 'ਚ ਨਹੀਂ ਆਈ ਕਿ ਕਾਂਗਰਸੀਆਂ ਨੂੰ ਮਾਰ ਦਈਏ ਤ੍ਰਿਪਤ ਬਾਜਵਾ ਜੀ ਨੂੰ ਮੈਂ ਤੁਹਾਡੇ ਪ੍ਰੈਸ ਦੇ ਥਰੂ ਦੱਸਣਾ ਚਾਹੁੰਦਾ ਕਿ ਮੈਂ ਤੁਹਾਨੂੰ ਤਦ ਮਿਨਿਸਟਰ ਮੰਨਾਂਗਾ ਕਿ ਜੋ ਮੁੱਖ ਮੰਤਰੀ ਨੇ ਵਾਅਦਾ ਕੀਤਾ ਮਾਨਯੋਗ ਕੈਪਟਨ ਰਮਿੰਦਰ ਸਿੰਘ ਜੀ ਨੇ ਬਟਾਲੇ ਦੇ ਲਈ 15 ਅਗਸਤ 2017 ਨੂੰ ਕੀਤਾ ਕਿ ਬਟਾਲੇ 270 ਕਰੋੜ ਰੁਪਏ ਭੇਜਾਂਗੇ ਅਤੇ ਅੰਮ੍ਰਿਤ ਸਕੀਮ ਜਿਹੜੀ ਹੈ ਸਿਰੇ ਚੜ੍ਹਾਵਾਂਗੇ ਤੁਸੀਂ ਅਗਰ ਉਹ ਅੰਮ੍ਰਿਤ ਸਕੀਮ ਲੈ ਕੇ ਆਓ ਤਾਂ ਮੈਂ ਤੁਹਾਡੇ ਘਰ ਤੁਹਾਨੂੰ ਸਲਾਮ ਕਰਨ ਆਵਾਂਗਾ ਤੁਹਾਡਾ ਧੰਨਵਾਦ ਕਰਨ ਆਵਾਂਗਾ ਕਿ ਜੋ ਕੈਪਟਨ ਸਾਹਿਬ ਨੇ ਕਿਹਾ ਤੁਸੀਂ ਉਹ ਸਿਰੇ ਚੜ੍ਹਾਇਆ ਤੁਸੀਂ ਆਪਣੇ ਨੰਬਰ ਬਣਾਉਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਕੈਪਟਨ ਸਾਹਿਬ ਦੇ ਨੰਬਰ ਬਣਾਓ ਜੇ ਮੁੱਖ ਮੰਤਰੀ ਨੇ ਕਿਹਾ ਉਹ ਸਿਰੇ ਚੜ੍ਹਨਾ ਚਾਹੀਦਾ ਸਾਰੇ ਆਸ ਪਾਸ ਦੇ ਪਿੰਡਾਂ 'ਚ ਹਰਦੇ ਹੋਏ ਲੋਧੀ ਨਗਰ ਦੇ ਜਿਹੜਾ ਪਿੰਡ ਲੋਧੀ ਨਗਰ ਦੇ ਆਸ ਪਾਸ ਦੇ ਪਿੰਡਾਂ ਜਿਸ ਤਰ੍ਹਾਂ ਤ੍ਰਿਪਤ ਦਾ ਅਤੇ ਮੈਂ ਸਾਰੇ ਇਲਾਕੇ ਜਿੱਦਾਂ ਹੋਇਆ ਅਤੇ ਜਿੱਥੇ ਤ੍ਰਿਪਤ ਦੇ ਬੰਦੇ ਉੱਥੇ ਹਰਨਾ ਕੀ ਦਰਸਾਉਂਦਾ ਅਤੇ ਨਹੀਂ ਤਾਂ ਜਾ ਕੇ ਲੋਕਾਂ ਨੂੰ ਪੁੱਛ ਲਓ ਪਿੰਡਾਂ ਦੇ ਲੋਕ ਤਾਂ ਮੂੰਹ ਮੂੰਹ ਕਹਿੰਦੇ ਨੇ ਜਿਹਨੂੰ ਮਰਜ਼ੀ ਪੁੱਛ ਲਓ ਜਾ ਕੇ ਕਿੱਦਾਂ ਹਰ ਗਿਆ ਚੁਣੀ ਸੇਖੜੀ ਮੈਨੂੰ ਬੀਜੇਪੀ ਦੀ ਸਪੋਰਟ ਕਰਨ ਲਈ ਮਜਬੂਰ ਕੀਤਾ ਭੁਪਿੰਦਰ ਸਿੰਘ ਕਲਸੀ
ਅਤੇ ਨਾਲ ਜਿਹੜੇ ਦੋ ਐਮ ਸੀ ਸਨ ਉਹਨਾਂ, ਮੈਂ ਕਦੀ ਜ਼ਿੰਦਗੀ 'ਚ ਬੀਜੇਪੀ ਦੀ ਸਪੋਰਟ ਨਹੀਂ ਕੀਤੀ। ਉਹਨਾਂ ਮੈਨੂੰ ਮਜਬੂਰ ਕੀਤਾ ਕਿ ਤੂੰ ਇਹਨੂੰ ਨਰੇਸ਼ ਮਹਾਜਨ ਨੂੰ ਹੀ ਬਣਾਉਣਾ ਅਤੇ ਬਣਾਇਆ। ਕਾਂਗਰਸ ਦੇ ਵਰਕਰਾਂ ਨੇ ਮੈਨੂੰ ਕਿਹਾ ਕਿ ਵੀ ਬੀਜੇਪੀ ਦੀ ਸਪੋਰਟ ਵਾਪਸ ਲੈਣੀ ਹੈ, ਇਸੇ ਕਾਂਗਰਸ ਤੋਂ ਫੈਸਲਾ ਹੋਇਆ ਅਤੇ ਅਸੀਂ ਸਪੋਰਟ ਵਾਪਸ ਲੈ ਲਈ। ਜਾਖੜ ਸਾਹਿਬ ਨੂੰ ਮੈਂ ਕਹਿੰਦਾ ਰੋਜ਼ ਆਉਣ ਬਟਾਲੇ, ਰੋਜ਼ ਪ੍ਰੋਗਰਾਮ ਕਰਾਂਗੇ। ਜਿਹੜਾ ਚੋਰੀ ਚੋਰੀ ਤ੍ਰਿਪਤ ਦੇ ਕਹਿਣ 'ਤੇ ਪ੍ਰੋਗਰਾਮ ਕੀਤਾ, ਇਹ ਸਹੀ ਮੁਨਾਸਬ ਨਹੀਂ ਹੈ। ਉਹਦੇ ਹਲਕੇ ਜਾਣ, ਮੈਨੂੰ ਦੱਸਣ ਕਿੱਥੇ ਪ੍ਰੋਗਰਾਮ ਕਰਨਾ, ਕਿਹੜੀ ਜਗ੍ਹਾ ਕਰਨਾ, ਕਿਹੋ ਜਿਹਾ ਪ੍ਰੋਗਰਾਮ ਕਰਨਾ, ਅਤੇ ਕਿਸੇ ਤੋਂ ਘੱਟ ਹੋਏਗਾ ਫਿਰ ਗੱਲ ਕਰਾਂ। ਇਹਨਾਂ ਮੰਤਰੀ ਸਾਹਿਬਾਨ ਨੂੰ ਅਤੇ ਵੱਡੇ ਵੱਡੇ ਲੀਡਰਾਂ ਨੂੰ ਇੱਕ ਗੱਲ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਮੈਂ ਤਿਨਕਾ, ਪਰ ਡੂਬਤੇ ਕੋ ਤਿਨਕੇ ਕਾ ਸਹਾਰਾ ਹੀ ਹੁੰਦਾ, ਤਿਨਕਾ ਵੀ ਕੰਮ ਆ ਜਾਂਦਾ ਕਿਤੇ ਨਾ ਕਿਤੇ। ਜਿਹੜਾ ਚੋਰੀ ਚੋਰੀ ਤ੍ਰਿਪਤ ਦੇ ਕਹਿਣ 'ਤੇ ਪ੍ਰੋਗਰਾਮ ਕੀਤਾ, ਇਹ ਸਹੀ ਮੁਨਾਸਬ ਨਹੀਂ ਹੈ। ਉਹਦੇ ਹਲਕੇ ਜਾਣ, ਮੈਨੂੰ ਦੱਸਣ ਕਿੱਥੇ ਪ੍ਰੋਗਰਾਮ ਕਰਨਾ, ਕਿਹੜੀ ਜਗ੍ਹਾ ਕਰਨਾ, ਕਿਹੋ ਜਿਹਾ ਪ੍ਰੋਗਰਾਮ ਕਰਨਾ, ਅਤੇ ਕਿਸੇ ਤੋਂ ਘੱਟ ਹੋਏਗਾ ਫਿਰ ਗੱਲ ਕਰਾਂ। ਇਹਨਾਂ ਮੰਤਰੀ ਸਾਹਿਬਾਨ ਨੂੰ ਅਤੇ ਵੱਡੇ ਵੱਡੇ ਲੀਡਰਾਂ ਨੂੰ ਇੱਕ ਗੱਲ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਮੈਂ ਤਿਨਕਾ, ਪਰ ਡੂਬਤੇ ਕੋ ਤਿਨਕੇ ਕਾ ਸਹਾਰਾ ਹੀ ਹੁੰਦਾ, ਤਿਨਕਾ ਵੀ ਕੰਮ ਆ ਜਾਂਦਾ ਕਿਤੇ ਨਾ ਕਿਤੇ। ਹੁਣ ਤੁਹਾਨੂੰ ਸੁਣਾਉਂਦੇ ਹਾਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਉਹ ਬਿਆਨ, ਜਿਸ ਤੋਂ ਬਾਅਦ ਅਸ਼ਨੀ ਸੇਖੜੀ ਨੇ ਖੁੱਲ੍ਹ ਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਵਿਰੋਧ ਕੀਤਾ। ਐਮ ਪੀ ਸਾਹਿਬ ਨੂੰ ਆਪਣੇ ਹਲਕੇ 'ਚ ਵੜਨ ਨੂੰ ਕੋਈ ਨਹੀਂ ਲੱਗ ਸਕਦਾ, ਨਾ ਮੈਂ ਨਾ ਕਿਸੇ ਨੂੰ ਵਹਿਮ ਹੋਣਾ ਚਾਹੀਦਾ, ਉਹਨੂੰ ਸੋਚ ਹੋਣੀ ਚਾਹੀਦੀ ਆ। ਐਮ ਪੀ ਨੇ ਆਪਣੇ ਹਲਕੇ 'ਚ ਫਿਰਨਾ, ਪਿੰਡ ਪਿੰਡ ਫਿਰਨਾ ਅਤੇ ਗਵਰਨਮੈਂਟ ਕਰਾਉਣੀ ਆ ਅਤੇ ਵੋਟਾਂ ਫਿਰ ਲੈਣੀਆਂ ਨੇ, ਇਸੇ ਸੋਚ ਦੇ ਮਾਰੇ ਬੈਠੇ ਨੇ ਪਛਾਣ। ਸੋ ਕਿਸੇ ਦਾ ਹੱਕ ਨਹੀਂ ਸੀ ਹੋ ਸਕਦਾ। ਸੋ ਚੰਗੇ ਵੀਰੋ, ਕਾਂਗਰਸੀ ਭਰਾਓ, ਚੰਗੀ ਟੀਮ ਨਹੀਂ, ਸਾਡਾ ਲੀਡਰ ਪ੍ਰਧਾਨ ਨੇ ਪ੍ਰਦੇਸ਼ ਦੇ, ਸਾਡੇ ਐਮ ਪੀ ਨੇ, ਆਓ ਜ਼ਰੂਰ। ਜੇ ਜਵਾਕ ਦੇ ਘਰ ਨਹੀਂ ਆਉਣਾ ਤਾਂ ਫਿਰ ਕਿੱਥੇ ਜਾਣਾ ਮੇਰਾ ਵੀਰਾ, ਤੂੰ ਬਟਾਲੇ ਦੀ ਕਮੇਟੀ ਦਾ ਬੇੜਾ ਗਰਕ ਕਰ ਛੱਡਿਆ, ਉਹਨਾਂ ਦੇ ਘਰ ਜਾਣਾ ਹੀ। ਕੋਈ ਥੋੜ੍ਹੀ ਜਿਹੀ ਸਮਰਥ ਬਖਸ਼, ਛੋਟਾ ਭਰਾ ਨਾ, ਸਮਰਥ ਬਖਸ਼ ਆਓ, ਰਲ ਮਿਲ ਕੇ। ਬੀਜੇਪੀ ਦੀ ਵੀ ਲੋੜ ਆ, ਅਕਾਲੀ ਵੀਰਾਂ ਦੀ ਲੋੜ ਆ, ਸਾਰਿਆਂ ਦੀ ਲੋੜ ਆ। ਬਟਾਲੇ ਨੂੰ ਤਾਂ ਸਵਾਰਾਂ ਸਵਾਰੀਏ ਅਤੇ ਫਿਰ ਲੜਾਈਆਂ ਲੜਦੇ ਰਹੋ। ਪਰ ਪੱਗ ਵਾਲਾ ਇੱਥੇ ਕਦੇ ਐਮ ਐਲ ਏ ਨਹੀਂ ਬਣ ਪਾਉਂਦਾ, ਦਿਮਾਗ ਬੋਲਦਾ, ਉਹ ਆਪਣੇ ਦਿਮਾਗ 'ਤੇ ਬੋਝ ਲਾ ਛੱਡਿਆ। ਹਾਂ, ਸੇਠ ਬਣ ਜਾਓ, ਮੈਂ ਮਦਦ ਕਰੂੰਗਾ, ਜੇ ਕੋਈ ਹੋਰ ਆ ਜਾਓ, ਮੈਂ ਮਦਦ ਕਰੂੰਗਾ, ਪਰ ਇੰਨਾ ਮੰਨਣਾ ਛੋਟਾ, ਕਿਉਂਕਿ ਜੇ ਅਗਨੀ ਹੋਵੇ ਤਾਂ ਤੁਹਾਨੂੰ ਤਾਂ ਜਿੱਤ ਸਕਦਾ, ਜੇ ਅਗਨੀ ਹੋਵੇ ਤਾਂ ਅੰਮ੍ਰਿਤਸਰ ਤੁਰਤਾ ਨਾ ਜਿੱਤ ਸਕਦਾ, ਜੇ ਲੋਧੀ ਨੰਗਲ ਬਟਾਲੇ ਜਿੱਤ ਸਕਦਾ, ਫਿਰ ਕੁਝ ਵੀ ਹੋ ਸਕਦਾ। ਐਡਾ ਦਿਲ ਨਾ ਛੋਟਾ ਕਰ, ਪਰ ਹੋਣਾ ਨਹੀਂ ਫਿਰ ਨਾ ਕਰ, ਜਾਕਰ ਸਾਹਿਬ ਬੈਠੇ ਨਹੀਂ ਹੋਣ ਦੇਣਾ। ਹਾਂ, ਕੋਈ ਹੋਰ ਲਾਲ ਕ੍ਰਿਸ਼ਨ ਚੰਦ ਲੱਭ ਦੀ ਗੱਲ ਵੱਖਰੀ ਹੈ, ਪਰ ਥੋੜ੍ਹਾ ਜਿਹਾ ਤੇਰਾ ਹੱਕ ਹੈ, ਰੱਬ ਤੈਨੂੰ ਹੀ ਹੱਕ ਦੇਵੇ ਅਤੇ ਥੋੜ੍ਹਾ ਜਿਹਾ ਨਾਲ ਤੁਰ ਲਓ, ਬਟਾਲੇ ਦੀ ਡਿਵੈਲਪਮੈਂਟ ਨਾਲ ਤੁਰ ਲਓ। ਅੱਜ ਜੇ ਰਹਿ ਗਿਆ ਤਾਂ ਅਗਲੀ ਵਾਰੀ ਜਦੋਂ ਨੀਂਹ ਪੱਥਰ ਪਾਉਣਾ ਵਾਂਗੇ ਅੱਗੇ ਬਟਾਲਾ। ਬਟਾਲਾ ਵਿੱਚ ਕਾਂਗਰਸ ਦੇ ਦੋ ਸਿਰੇ ਦੇ ਲੀਡਰਾਂ ਵਿਚਕਾਰ ਹੋਈ ਇਹ ਜੰਗ ਆਉਣ ਵਾਲੇ ਸਮੇਂ ਵਿੱਚ ਕੀ ਰੰਗ ਲੈ ਕੇ ਆਵੇਗੀ, ਇਹ ਤਾਂ ਸਮਾਂ ਹੀ ਦੱਸੇਗਾ। ਗੁਰਦਾਸਪੁਰ ਤੋਂ ਚੈਨਲ ਵਾਈ ਦੇ ਲਈ ਬਿਸ਼ੰਬਰ ਬਿੱਟੂ ਦੀ ਰਿਪੋਰਟ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।